ਸ਼ਿਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗਿਆ ਪਿੰਡ ਜਲਾਲਪੁਰ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤੜਾਂ ਲੈ ਬਾਈ ਗੁਰਮਨ ਕੋਲੇ ਆਏ ਹੋਏ ਆ। ਗਾਵਾਂ ਦਾ ਵੱਡਾ ਬਕਰੇਤ ਹੈ ਬਾਈ, ਵਧੀਆ ਕਾਰੋਬਾਰ ਆ। ਤੇ ਆ ਇੱਕ ਆਪਾਂ ਅੱਜ ਦੀ ਵੀਡੀਓ ਤੁਹਾਨੂੰ ਝੋਟੀ ਦਿਖਾਵਾਂਗੇ, ਖੀਰੀ ਝੋਟੀ ਆ 6 ਮਹੀਨਿਆਂ ਦੀ ਗੱਭਣ, ਉਹ ਵੀ ਤੁਹਾਨੂੰ ਲਾਸਟ ਤੇ ਕਰਵਾਵਾਂਗੇ ਦਰਸ਼ਨ ਉਹਦੀ, ਉਹ ਵੀ ਬਾਈ ਨੇ ਸੇਲ ਕਰਨੀ ਹੈ। ਲੈ ਕਰਾਂਗੇ ਗੁਰਮਨ ਬਾਈ ਨਾਲ ਗੱਲਾਂ ਬਾਤਾਂ, ਕਰਵਾਵਾਂਗੇ ਵੀ ਕੀ ਡਿਟੇਲ ਹੈ, ਕਿਵੇਂ ਕਾਰੋਬਾਰ ਹੈ, ਕਿੱਦਾਂ ਦਾ ਸਿਸਟਮ ਹੈ, ਕਿਵੇਂ ਜਾਂਦੀਆਂ ਨੇ ਗਾਵਾਂ ਬਾਹਰ, ਕਿਹੜੀ ਕਿਹੜੀ ਸਟੇਟਾਂ ਚ ਬਾਈ ਦੀਆਂ ਗਾਵਾਂ ਜਾਂਦੀਆਂ ਨੇ, ਤੇ ਕੀ ਅੱਜ ਕੱਲ ਰੇਟ ਚੱਲ ਰਹੇ ਨੇ ਗਾਵਾਂ ਦੇ, ਉਹ ਸਾਰੀ ਗੱਲਬਾਤ ਆਪਾਂ ਬਾਈ ਗੁਰਮਨ ਨਾਲ ਕਰਾਂਗੇ। ਲੈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਲਾ ਕੇ ਤੁਹਾਨੂੰ ਦੱਸਿਆ ਵੀ 6 ਮਹੀਨਿਆਂ ਦੀ ਖੀਰੀ ਕੱਟੀ ਵੀ ਦਿਖਾਊਂਗਾ, ਜਿਹਦੀ ਉਮਰ ਹਜੇ 2 ਸਾਲ ਹੈ ਤੇ 6 ਮਹੀਨੇ ਦੀ ਗੱਭਣ ਹੋ ਗਈ। ਲਾ ਜਾ ਬਾਈ, ਪਹਿਲਾਂ ਆਪਾਂ ਬਾਈ ਗੁਰਮਨ ਨਾਲ ਮਿਲਾ ਲਈ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਵੀਰ ਜੀ। ਹੋਰ ਠੀਕ ਹੋ ਜੀ? ਠੀਕ ਠਾਕ ਵੀਰ ਜੀ। ਵਧੀਆ ਕੰਮ ਕਰ ਹੈਂ, ਬਹੁਤ ਸਿਰਾ ਬਾਈ। ਹਾਂ ਕੰਮ ਕਰ ਕੋਈ ਕਹਿੰਦਾ ਬਾਈ ਦਾ ਸਿਰਾ। ਤੇ ਅੱਜ ਬਾਈ ਦੀਆਂ 4 ਗਾਵਾਂ ਜਾ ਰਹੀਆਂ ਨੇ, ਕਿੱਥੇ ਦੱਸਿਆ ਸੀ? ਅਲਵਰ ਜਾ ਰਹੀਆਂ ਨੇ, ਰਾਜਸਥਾਨ। ਅਲਵਰ, ਰਾਜਸਥਾਨ ਅਲਵਰ ਜਾ ਰਹੀਆਂ ਨੇ। ਤੇ ਬਾਈ ਦਾ ਮੌਕਾ ਮਿਲਿਆ ਬਾਈ ਦਾ ਨੌਰਾ ਦਿਖਾਉਣ ਦਾ, ਬਾਈ ਦਾ ਸਿਸਟਮ ਦਿਖਾਉਣ ਦਾ। ਪਹਿਲੀ ਗੱਲ ਤਾਂ ਮੈਂ ਬਾਈ ਨਾਲ ਵੀ ਕਰਕੇ ਹਟਿਆ, ਮੈਂ ਜਿਹੜੀ ਬਾਈ ਦੇ ਦੇਖੋ ਅੰਦਰ ਬਰਾਂਡੇ ਚ ਇਹ ਪੋਸਟਰ ਲੱਗੇ ਹੋਏ ਨੇ, ਉਹਦੇ ਨਾਲ ਤੁਹਾਨੂੰ ਦੇਖੋ ਕਿਵੇਂ ਕੁਆਲਿਟੀ ਵੀ ਬਹੁਤ, ਇਹਦੇ ਲੋਕੇਸ਼ਨ ਦੇ ਬਹੁਤ ਵਧੀਆ ਬਣ ਰਹੀ ਹੈ, ਬਹੁਤ ਵਧੀਆ ਕੁਆਲਿਟੀ ਆ ਰਹੀ ਹੈ। ਤੇ ਬਾਈ ਦਾ ਰੱਖ ਰਖਾਓ ਵੀ ਚੰਗਾ, ਇਹੋ ਜਿਹੀ ਗੱਲ ਨੀ, ਸਾਫ਼ ਸਫਾਈ ਚੰਗੀ ਆ। ਤੇ ਬਾਈ ਇਹ ਜਿਹੜੀਆਂ 4 ਗਾਵਾਂ ਫਿਰ ਇਕੱਠੀਆਂ ਜਾ ਰਹੀਆਂ ਨੇ ਆਪਣੀਆਂ ਅਲਵਰ, ਹਾਂਜੀ ਹਾਂਜੀ, ਕਿੰਨਾ ਕੁ ਪੁਰਾਣਾ ਗਾਇਕ ਆਪਣਾ? ਉਹ ਸਾਲ 1.5 ਸਾਲ ਹੋ ਗਿਆ ਆਪਣੇ ਨਾਲ ਸਰਕਲ ਬਣੇ। ਹਾਂ, ਉਹ ਆਪਣੇ ਕੋਲ 2 ਵਾਰੀ ਆਏ, ਉਦੋਂ ਬਾਅਦ ਸਿੱਧਾ ਆਨਲਾਈਨ ਹੀ ਚੱਲ ਰਿਹਾ, ਆਨਲਾਈਨ ਹੀ ਜਾ ਰਿਹਾ। ਹਾਂ, ਵਿਸ਼ਵਾਸ ਬਣ ਗਿਆ, ਵਿਸ਼ਵਾਸ ਹੀ ਜਾ ਰਿਹਾ। ਉਦੋਂ ਬਾਅਦ ਆਪਣੇ ਕੋਲ ਕਦੀ ਆਇਆ ਨਹੀਂ ਬੰਦਾ। ਠੀਕ ਆ, ਆਨਲਾਈਨ ਹੀ ਪੇਮੈਂਟ ਕਰਦਾ, ਆਪਣੇ ਇਥੋਂ ਗੱਡੀ ਜਾਂਦੀ ਹੈ, ਲੋਡ ਕਰਕੇ ਭੇਜ ਦਿੰਦੇ ਆ। ਠੀਕ ਆ, 6-10 ਜਿੰਨੀਆਂ ਵੀ ਉਹਨੇ ਮੰਗਾਉਣੀਆਂ ਉਸ ਹਿਸਾਬ ਨਾਲ ਉਹਨੇ ਭੇਜ ਦਿੰਦੇ ਆ ਆਰਡਰ ਪੂਰਾ ਕਰਦੇ। ਹਾਂ ਜੀ, ਹਾਂ ਹਾਂ। ਉਹ ਕਿੰਨੇ ਸਾਲ ਹੋ ਗਏ ਬਾਈ ਕੰਮ ਕਰਦੇ? ਮੈਨੂੰ ਬਾਈ 15-16 ਸਾਲ ਹੋ ਗਏ ਕੰਮ ਕਰਦੇ ਨੇ। 15-16 ਸਾਲ ਕੰਮ ਕਰਦੇ ਨੇ, ਹੋ ਗਏ ਵਧੀਆ ਰਾਸ ਆਇਆ, ਐਨ ਪੂਰਾ ਮਿਹਰ ਆ ਪਰਮਾਤਮਾ ਦਾ। ਉਹ ਮੱਝਾਂ ਨੂੰ ਹਟ ਕੇ ਕੰਮ ਰਲਮਾ ਮਿਲਮਾ ਥੋੜਾ ਜਿਹਾ ਉਹੀ ਕੰਮ ਚੱਲੀ ਜਾਂਦਾ, ਠੀਕ ਆ, ਮੱਝਾਂ ਦਾ ਵੀ ਕਰੀ ਜਾਂਦੇ ਕੰਮ, ਪਰ ਥੋੜਾ ਜਿਹਾ ਗਾਵਾਂ ਦਾ ਜ਼ਿਆਦਾ ਕੰਮ ਆਪਣਾ। ਜਿਹੜਾ ਬੰਦਾ ਗਾਵਾਂ ਦਾ ਕਰਦਾ ਉਹਨੂੰ ਗਾਂ ਬਾਰੇ ਨੌਲੇਜ ਆ, ਹਾਂ, ਜਿਹੜਾ ਮੱਝਾਂ ਦਾ ਕਰਦਾ ਉਹਨੂੰ ਮੱਝਾਂ ਦਾ। ਹਾਂ, ਫਰਕ ਇਹਨਾਂ ਚ ਹੈਗਾ, ਜੇ ਮੈਂ ਕਹਾਂ ਵੀ ਜੇ ਤੁਸੀਂ ਮੱਝਾਂ ਲੈਂਦੇ ਹੋ ਤਾਂ ਵਿੱਚ ਗਾਂ ਵੀ ਲੈ ਲਓਗੇ, ਉਹ ਰਲਮਾ ਮਿਲਮਾ ਨੀ ਮੈਂ ਕਹਿ ਸਕਦਾ, ਗਾਂ ਮੱਝ ਦੀ ਲੱਗ ਜਾਣ ਵਾਲੀ ਹੈ, ਗਾਂ ਦੀ ਲੱਗ। ਮੱਝਾਂ ਵੀ ਆਪਾਂ ਲੈਂਦੇ ਹਾਂ ਗਰਮੀ ਦੇ ਅਕੋਰਡਿੰਗ ਲੈਂਦੇ ਆਪਾਂ, ਹੁਣ ਅੱਗੇ ਜਿਵੇਂ ਗਰਮੀ ਆ ਜੂਗੀ ਤਾਂ ਮੱਝਾਂ ਝੋਟੀਆਂ ਲੈਣੀਆਂ ਸ਼ੁਰੂ ਕਰਦੇ। ਹਾਂ, ਜਿਵੇਂ ਹੁਣ ਸਰਦੀ ਹੈ, ਹਾਂ ਵੀ ਗਾਵਾਂ ਦਾ ਸ਼ੁਰੂ ਕਰ, ਗਰਮੀ ਹੁਣ ਸਰਦੀਆਂ ਚ ਤਾਂ ਇਹ ਕੱਲਾ ਦੁੱਧੀ ਭਰਾਉਂਦੀਆਂ ਨੇ, ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ, ਗਰਮੀ ਚ ਥੋੜੀ ਆਉਂਦੀ ਹੈ ਦਿੱਕਤ। ਮੱਝਾਂ ਝੋਟੀਆਂ ਲੈਣੀਆਂ ਆਪਣੇ, ਹਰਿਆਣਾ ਲੱਗ ਹੀ ਆ ਜਾਂਦਾ 10 ਕਿਲੋਮੀਟਰ ਇੱਥੋਂ, ਆਪਣੇ ਸਾਰੇ ਹਰਿਆਣੇ ਦਾ ਡੰਗਾ, ਵਧੀਆ ਝੋਟੀਆਂ ਨਿਕਲਦੀਆਂ ਨੇ ਆਪਣੇ ਕੋਲ। ਠੀਕ ਹੈ, ਠੀਕ ਹੈ। ਤੇ ਹੁਣ ਫਿਰ ਗੁਰਮਨ ਇਹ 4 ਤਾਂ ਜਾ ਰਹੀਆਂ ਨੇ ਰਾਜਸਥਾਨ, ਤੇ ਹੋਰ ਕਿਹੜੀ ਕਿਹੜੀ ਸਟੇਟ ਚ ਜਾਂਦੇ? ਮਹਾਰਾਸ਼ਟਰ ਖੰਡਰਪੁਰ ਵੀ ਗਏ ਜਾਣੇ ਆਪਣੀ 1-2 ਗੱਡੀਆਂ ਭਰ ਕੇ ਵੀਰੇ। ਠੀਕ ਆ, ਮਿਹਨਤ ਕਰਦਾ ਤੇ ਪ੍ਰਮਾਤਮਾ ਥੋੜਾ ਆਪ ਹੀ ਫੜਦਾ। ਜੇ ਕਹੇ ਵੀ ਘਰੇ ਬੈਠੇ ਨੂੰ ਨਾ ਬਈ ਕੋਈ ਗਾ ਕੇ ਜੁੜਦਾ, ਜੇ ਘਰੇ ਬੈਠੇ ਜੇ ਮੈਂ ਕਹਾਂ ਨਾ ਕੋਈ, ਕਈ ਵਾਰੀ ਤਾਂ ਉਹੀ ਸੋਚ ਹੋਏਗੀ ਹੈ ਨਾ, ਵੀ ਆਪਾਂ ਜੇ ਲਵਾਂਗੇ ਕਿਹਨੂੰ ਵੇਚਾਂਗੇ। ਐਟੋਮੈਟਿਕ ਹੀ ਬੰਦੇ ਦੇ ਸਰਕਲ ਬਣ ਜਾਂਦੇ ਨੇ, ਐਟੋਮੈਟਿਕ ਹੀ ਇਹ ਕੋਈ ਵੀ ਕਿੱਤੇ ਚ ਤੁਸੀਂ ਕੋਈ ਵੀ ਫੀਲਡ ਚ ਕੰਮ ਕਰਨਾ ਸਟਾਰਟ ਕਰੋਗੇ ਤਾਂ ਐਟੋਮੈਟਿਕ ਹੀ ਬਣੂਗਾ। ਸਮਾਂ ਲੱਗਦਾ ਕਿਸੇ ਵੀ ਚੀਜ਼ ਨੂੰ, ਹਾਂ, ਸਮਾਂ ਬਲਵਾਨਾ, ਸਮਾਂ ਲੱਗਦਾ ਜੀ, ਸਮਾਂ ਤੁਸੀਂ ਜੇ ਉਹਨੂੰ ਦਿਓਗੇ ਗੁਰਮਨ ਫਿਰ ਅੱਗੇ। ਸਹੀ ਗੱਲ ਹੈ, ਹਾਂ ਇਹ ਵੀ ਸਹੀ ਗੱਲ ਹੈ। ਹਾਂ, ਜੇ ਆਪ ਬੰਦਾ ਕੋਈ ਵੀ ਕਿੱਤੇ ਪਸ਼ੂਆਂ ਦਾ ਲਾ ਲਓ, ਕੋਈ ਵੀ ਕੰਮ ਕਾਰਕ ਲਾ ਲਓ, ਜੇ ਤੁਸੀਂ ਆਪ ਉਹ ਚ ਆਪ ਸਮਾਂ ਦਿਓਗੇ ਤਾਂ ਹੀ ਤੁਹਾਨੂੰ ਉਹ ਕੰਮ ਵੀ ਵਫਾ ਕਰੂਗਾ। ਤੋਰਾ ਫੇਰਾ ਥੋੜਾ ਬਹੁਤ ਕਰਨਾ ਹੀ ਪੈਂਦਾ, ਲੱਭ ਜਾਂਦੀਆਂ ਗਾਵਾਂ, ਲੱਭ ਜਾਂਦੀਆਂ, ਜਿਆਦਾ ਬਰੀਡ ਦਾ ਕੰਮ ਜਿਆਦਾ ਕਰਦੇ ਆਪਾਂ ਗਾਵਾਂ। ਠੀਕ ਆ, ਹਾਂ, ਚੰਗੀ ਨਸਲ ਦੀ ਨਸਲ ਜਿਆਦਾ ਲੈ ਕੇ ਖੁਸ਼ ਆਪਾਂ ਜਦ ਥੋੜਾ। ਠੀਕ ਹੈ, ਠੀਕ ਆ, ਹਾਂ, ਭਾਅ ਦੀ ਕੋਈ ਗੱਲ ਨਹੀਂ, ਭਾਅ ਦਾ ਕੋਈ ਨਹੀਂ, ਭਾਅ ਚੀਜ਼ਾਂ ਨੂੰ ਲੱਗ ਜਾਂਦੇ ਹੁੰਦੇ ਨੇ ਜੇ ਚੀਜ਼ ਚੰਗੀ ਮਿਲ ਜੇ, ਚੀਜ਼ ਚੰਗੀ ਮਿਲ ਜੇ, ਦੁੱਧ 70-75-65 ਮਤਲਬ 30+ ਵਾਲੀਆਂ ਲੈ ਲੈਣੇ ਆਪਾਂ ਗਾਵਾਂ। ਠੀਕ ਹੈ, ਠੀਕ ਆ, ਹਾਂ, ਵੀ ਜ਼ਿਆਦਾ ਖੁਰ ਗੱਪਾਂ ਨਹੀਂ ਲੈਂਦੇ, ਨਾ ਉਹ ਨਹੀਂ ਆਪਾਂ ਲੈਂਦੇ ਖੁਰ ਗੱਪਾਂ, ਹਾਂ, ਕਿਤੇ ਉਹੀ ਗੱਲ ਆ,
ਦੋਹਾਂ ਮਹੀਨਿਆਂ ਨੂੰ ਦੱਸਾ ਕੱਢਣਾ ਉਹ ਨੀ ਲੈਂਦੇ ਉਹ ਨੀ ਲੈਂਦੇ ਜਿਆਦਾ ਬਰੀਡ ਤੇ ਕੰਮ ਕਰਨ ਦਾ ਤੇ ਹੁਣ ਦੇਖ ਤੇਰੀ ਵੀਡੀਓ ਬਣੂਗੀ ਤੈਨੂੰ ਲੋਕ ਦੇਖਣਗੇ ਫਿਰ ਤੈਨੂੰ ਫੋਨ ਵੀ ਕਰਨਗੇ ਬਾਈ ਸਾਨੂੰ ਏਦਾਂ ਦੀ ਲੈ ਕੇ ਦੇ ਸਾਨੂੰ ਏਦਾਂ ਦੀ ਲੈ ਕੇ ਦੇ ਸਾਰੇ ਤਰ੍ਹਾਂ ਦੀ ਗਾਂ ਲੈਣ ਦਾ ਦਮ ਰੱਖਦਾ ਲੈ ਦੇਗਾ ਲੈ ਦਾਂਗੇ ਚਾਹੇ ਕੋਈ 2.5 ਲੱਖ ਵਾਲੀ ਮੰਗੇ ਉਹ ਵੀ ਹਾਜ਼ਰ ਹੋ ਜੂਗੀ ਜੀ ਅੱਛਾ ਗੱਲ ਮੁੱਕਦੀ ਕਰੋ ਜੀ ਮੱਛੀ ਤਾਂ ਆਪਾਂ ਜਿਹੜੀ ਕਹੋਗੇ ਉਹੀ ਹਾਜ਼ਰ ਹੋ ਜੂਗੀ ਅੱਛਾ ਤੇ ਮੱਛੀ ਬਾਰੇ ਫੁੱਲ ਨੌਲੇਜ ਰੱਖਦੇ ਹਾਂ ਕਿਉਂ 10-15 ਸਾਲ ਦਾ ਬਾਈ ਦਾ ਤਜਰਬਾ ਵੀ ਆ ਤੇ ਬਾਈ ਕਹਿੰਦਾ ਲੈ ਦਾਂਗੇ ਤੇ ਬਾਈ ਇਹਦਾ ਦੱਸੀ ਤਾਂ ਇਹਦਾ ਇੱਕ ਦੋ ਦਾ ਬਾਈ ਨੂੰ ਪੁੱਛਦੇ ਕਿਉਂ ਇਹ ਵਿਕੀਆਂ ਹੋਈਆਂ ਨੇ ਫਿਰ ਜਾ ਰਹੇ ਆਪਾਂ ਕੋਈ ਵੀ ਪਸ਼ੂ ਦੇਖੋ ਖਰੀਦਦਾ ਕੋਈ ਵੀ ਚੋਣ ਕਰਦਾ ਤਾਂ ਬੱਚਿਆਂ ਚ ਥੋੜਾ ਜਿਹਾ ਇਹ ਜ਼ਿਆਦਾ ਹੁੰਦਾ ਵੀ ਜੇ ਆਪਾਂ ਭਲੂਣ ਜਿਵੇਂ ਇਹ ਖੀਰੀ ਆ ਤਾਂ ਇਹ 5-7 ਸਾਲ ਅਗਲੇ ਨੂੰ ਦੁੱਧ ਦੇਣ ਦੇ ਬੈਨੀਫਿਟ ਹੈ ਨਾ ਬਈ ਹਾਂ ਜਿਆਦਾ ਜੇ ਸੂਏ ਚ ਮੱਛੀ ਹੋ ਜੇ ਚੌਥੇ ਪੰਜਵੇਂ ਸੂਏ ਉਹਦੀ ਡਿਮਾਂਡ ਥੋੜੀ ਘੱਟ ਜਾਂਦੀ ਹੈ ਹਾਂ ਨਵੇਂ ਧੰਨ ਦਾ ਜੇ ਮੈਂ ਕਹਾਂ ਉਹਦਾ ਰੇਟ ਵੀ ਜਿਆਦਾ ਲੱਗਦਾ ਤੇ ਬਾਈ ਨੂੰ ਵੀ ਦੇਖੋ ਕਹਿੰਦਾ 15 ਸਾਲ ਹੋ ਗਏ ਕੰਮ ਕਰਦੇ ਨੂੰ ਤਜਰਬਾ ਵੀ ਵੱਡਾ ਤੇ ਇਹ ਬਾਈ ਚੀਜ਼ਾਂ ਬਈ ਚੰਗੀਆਂ ਨੇ ਓਦਾਂ ਦੇ ਰੇਟ ਹੁੰਦੀ ਜਾਣਗੇ ਤੇ ਆਪਾਂ ਝੋਟੀ ਬਾਰੇ ਕਰ ਲਈਏ ਗੱਲਬਾਤ ਵੀ ਕਿੰਨੇ ਦੀ ਹੋਊਗੀ ਇਹ ਕੀ ਗੱਲਬਾਤ ਬਈ ਖੀਰੀ ਤੇਰੀ ਝੋਟੀ ਆ ਕਿੰਨੇ ਰੁਪਿਆ ਦੀ ਦੇਵਾਂਗੇ ਕੋਈ ਦੇਖ ਲਾਂਗੇ ਕੋਈ ਨੀ ਮੌਕੇ ਤੇ ਕਰਾਂਗੇ ਜੀ ਨਾ ਦੇ ਦਾਂਗੇ ਜੇ ਕੋਈ ਸਾਹਮਣੇ ਵਾਲਾ ਦੱਸਿਆ ਕੋਣ ਵਾਲਾ ਕੋਈ ਵਧੀਆ ਜਿਹਦੇ ਨਸਲ ਨੂੰ ਵਧੀਆ ਤਿਆਰ ਕਰਨ ਵਾਸਤੇ ਜਿਹਨੇ ਆਪਣਾ ਵਧੀਆ ਨਾ ਜੀ ਆਪ ਇਹ ਅੱਛਾ ਆਪ ਇਹ ਮਨ ਨਤੀ ਦੀ ਹੈ ਜੀ ਯੁਵਰਾਜ ਦਾ ਟੀਕਾ ਅੱਗੇ ਭਰਿਆ ਹੋਇਆ ਇਹਨੂੰ ਯੁਵਰਾਜ ਦਾ ਟੀਕਾ ਲੱਗਿਆ ਹੋਇਆ ਤੇ ਬਾਈ ਕਹਿੰਦਾ 6 ਮਹੀਨਿਆਂ ਦੀ ਚੈੱਕ ਪਾਸ ਗੱਬਲ ਕਰਾਤੀ ਉਹ ਤਾਂ ਤੁਹਾਨੂੰ ਦੱਸੇ ਵੀ ਜਾਂਦੇ ਦੇਖੋ ਗੱਦੀ ਵੀ ਪੱਟੀ ਹੋਈ ਹੈ ਝੋਟੀ ਨੇ ਤੇ ਬਾਈ ਕਹਿੰਦਾ ਜੇ ਕੋਈ ਸਾਹਮਣੇ ਵਾਲਾ ਸੱਜਣ ਲੈਂਦਾ ਤਾਂ ਇਹ ਆਪਾਂ ਜ਼ਰੂਰ ਦੇਵਾਂਗੇ ਦੁੱਧ ਦਾ ਬਹੁਤ ਵਧੀਆ ਰਿਕਾਰਡ ਹੋਊਗਾ ਕੱਟੀ ਦਾ ਜੀ ਜੇ ਇਹਦਾ ਰੇਟ ਦੱਸ ਦੇ ਤਾਂ ਤੈਨੂੰ ਤਕਲੀਫ ਘੱਟ ਹੋਊ ਪਤਾ ਕੀ ਗੱਲ ਹੈ ਨਹੀਂ ਅਗਲੇ ਨੂੰ ਐ ਹੁੰਦਾ ਯਾਰ ਵੀ ਪਤਾ ਨੀ ਕਿੰਨੇ ਦੀ ਕੋਈ 40 ਦੀ ਮਿਲਦੀ ਮੁੱਲ ਤਾਂ ਜੋ ਮਰਜ਼ੀ ਚਲੋ 95,000 ਦੀ ਝੋਟੀ ਛੱਡ ਦਾਂਗੇ ਜੀ ਇਹ ਅੱਜ ਦਾ ਰੇਟ ਹੈ ਜੀ ਤੇ ਫਿਰ ਅਲਵਰ ਵਾਲੇ ਨੂੰ ਤਾਂ ਦੇਤੀਆਂ ਗਾਵਾਂ ਹੁਣ ਜਿਹੜੇ ਫੋਨ ਆਉਣਗੇ ਤੈਨੂੰ ਅਟੈਂਡ ਕਰਨੇ ਦੇਖ ਲੈ ਸਰਕਲ ਉਹੀ ਗੱਲ ਹੈ ਸਹੀ ਗੱਲ ਹੈ ਜੀ ਬਹੁਤ ਹੋ ਜਾਂਦਾ ਦੇਣੀਆਂ ਕਰਨੀਆਂ ਗਾਵਾਂ ਮੈਂ ਕਰਨਾ ਜਦੋਂ ਮਰਜ਼ੀ ਫੋਨ ਕਰੇ ਕੋਈ ਵੀ ਕਸਟਮਰ ਆਨਲਾਈਨ ਆਪਣਾ ਸਿਸਟਮ ਹੈ ਜੀ ਜਿੱਥੇ ਕਹਿਣਗੇ ਜਿੱਥੇ ਦਾ ਆਰਡਰ ਹੋਊਗਾ ਆਪਾਂ ਪਹੁੰਚਾਵਾਂਗੇ ਜਿੱਥੇ ਦਾ ਆਰਡਰ ਹੋਊਗਾ ਭੇਜ ਦਾਂਗੇ ਫੁੱਲ ਗਾਰੰਟੀ ਫੁੱਲ ਜੀ ਫੁੱਲ ਗਾਰੰਟੀ ਹੋ ਜਾਨਵਰਾਂ ਦੀ ਕਿਉਂ ਅੱਜ ਕੱਲ ਜ਼ਿਆਦਾਤਰ ਬਹੁਤ ਆਪਾਂ ਨੂੰ ਵੀ ਫੋਨ ਕਰਦੇ ਵੀ ਕੋਈ ਬੱਚੀ ਜਵਾਬ ਹੋ ਜਾਏ ਐਵੇਂ ਤਾਂ ਬਾਈ ਨਾਲ ਕਰ ਸਕਦਾ ਸੰਪਰਕ ਗੁਰਮਨ ਬਾਈ ਦਾ ਨਾਂ ਹੈ ਪਿੰਡ ਜਲਾਲਪੁਰਾ ਪਾਤੜਾ ਦੇ ਨੇੜੇ ਰਹਿ ਜਾਂਦਾ ਇਹ ਤੇ ਆਪਣਾ ਜ਼ਿਲ੍ਹਾ ਪਟਿਆਲਾ ਪੈਂਦਾ ਜ਼ਿਲ੍ਹਾ ਪਟਿਆਲਾ ਪੈਂਦਾ ਹਾਂ ਕੋਈ ਵੀ ਸੱਜਣ ਦੇਖੋ ਕਿਸੇ ਵੀ ਸਟੇਟ ਚੋਂ ਫੋਨ ਕਰਦਾ ਪੰਜਾਬ ਚ ਵੀ ਜੇ ਕੋਈ ਲੈਣਾ ਚਾਹੁੰਦਾ ਕੋਈ ਆ ਕੇ ਦੇਖ ਵੀ ਸਕਦਾ ਜੇ ਕੋਈ ਸੱਜਣ ਆਨਲਾਈਨ ਖਰੀਦਣਾ ਚਾਹੁੰਦਾ ਤਾਂ ਆਨਲਾਈਨ ਵੀ ਖਰੀਦ ਸਕਦਾ ਹਰੇਕ ਤਰ੍ਹਾਂ ਦੀ ਗਾਂ ਮਿਲੂਗੀ
ਜਰਸੀ ਸਾਹੀਵਾਲ ਸਾਰਾ ਕੁਝ ਹਾਂ ਆਲ ਬਰੀਡ ਤੇ ਜਰਸੀ ਸਾਹੀਵਾਲ ਕਿੱਦਾਂ ਦੀ ਵੀ ਗਾਂ ਲੈਣੀ ਹੈ ਤੁਸੀਂ ਤਾਂ ਤੁਸੀਂ ਗੁਰਮਨ ਦਾ ਦਰਵਾਜ਼ਾ ਖੜਕਾ ਸਕਦੇ ਹੋ ਵੀ ਬਾਈ ਸਾਨੂੰ ਇਹ ਏਦਾਂ ਦੀ ਗਾਂ ਲੈ ਕੇ ਦੇ ਇੰਨੀ ਕਰੇਟ ਚ ਕਰਕੇ ਦੇ ਉਹ ਸਾਰਾ ਤੁਸੀਂ ਬਾਈ ਗੁਰਮਨ ਨਾਲ ਕਰ ਸਕਦੇ ਹੋ ਕੰਮ ਹੋਰ ਵੀ ਸੱਜਣ ਜੇ ਕੋਈ ਕੰਮ ਕਰਨਾ ਚਾਹੁੰਦਾ ਤਾਂ ਗਾਵਾਂ ਦਾ ਕੰਮ ਵੀ ਮਾੜਾ ਨੀ ਕੰਮ ਮੱਝਾਂ ਦਾ ਮਾੜਾ ਨੀ ਤੁਸੀਂ ਤੁਹਾਨੂੰ ਉਹਦੇ ਪ੍ਰਤੀ ਵਫਾਦਾਰ ਹੋਣਾ ਪਊਗਾ ਉਹਨੂੰ ਟਾਈਮ ਦੇਣਾ ਪਊਗਾ ਫੇਰ ਇਹ ਕਿਤੇ ਜਾ ਕੇ ਹਨਾ ਹਾਂ ਜੋਬ ਨੂੰ ਵੀ ਤਾਂ ਤੁਸੀਂ ਟਾਈਮ ਦਿੰਦੇ ਹੋ ਜੇ ਤੁਸੀਂ ਸਵੇਰੇ 7 ਵਜੇ ਜਾ ਕੇ ਦਫ਼ਤਰ ਤਾਂ ਸ਼ਾਮ ਨੂੰ ਘਰੇ ਆਉਂਦੇ ਹੋ ਤਾਂ ਇਹੀ ਸਮਝ ਕੇ ਤੁਸੀਂ ਆਪਦਾ ਪਸ਼ੂਆਂ ਦਾ ਕਾਰੋਬਾਰ ਕਰਨਾ ਆਪਣੀ ਇੱਕ ਜੋਬ ਲੱਗੀ ਹੋਈ ਆ ਉਹਨੂੰ ਓਨੇ ਘੰਟੇ ਦੇਣੇ ਪੈਣਗੇ ਤਾਂ ਕਿਤੇ ਜਾ ਕੇ ਤਾਂ ਤੁਹਾਨੂੰ ਉਹ ਪਰਮਾਤਮਾ ਤੁਹਾਡੇ ਕਾਰੋਬਾਰ ਨੂੰ ਤਰੱਕੀਆਂ ਤੇ ਲੈ ਕੇ ਜਾਊਗਾ ਤਾਂ ਹੋਰ ਵੀ ਸੱਜਣਾ ਦੀ ਆਪਾਂ ਵੀਡੀਓ ਕਰਾਂਗੇ ਅਕਸਰ ਜਿਹੜੇ ਪਸ਼ੂਆਂ ਨੂੰ ਲੈ ਕੇ ਅੱਜ ਚੰਗਾ ਉਹਨਾਂ ਦਾ ਉਹਨਾਂ ਦੇ ਪੈਰ ਲਾ ਕੇ ਤੇ ਚੰਗੇ ਉਹਨਾਂ ਦੇ ਆਪਣੇ ਕਾਰੋਬਾਰ ਸੈੱਟ ਕਰੇ ਹੋਏ ਨੇ ਦਿਖਾਵਾਂਗੇ ਤੁਹਾਨੂੰ ਆਪਣੇ ਚੈਨਲ ਤੇ ਇਸੇ ਤਰ੍ਹਾਂ ਜਿਹੜੇ ਬੰਦੇ ਪਸ਼ੂਆਂ ਚੋ ਹੀ ਉੱਠ ਕੇ ਕਹਿੰਦੇ ਨੇ ਵਿੱਚ ਤਾਂ ਕਹਿੰਦੇ ਨੇ ਡੰਗਰ ਨੇ ਡੰਗਰ ਨੀ ਹੈਗਾ ਇਹਨਾਂ ਨੇ ਲੋਕਾਂ ਦੇ ਲੱਖਾਂ ਦੇ ਕਾਰੋਬਾਰ ਚਲਾ ਰੱਖੇ ਨੇ ਹਾਂ ਹਨਾ ਬਈ ਕੋਈ ਸ਼ੱਕ ਨਹੀਂ ਬਿਲਕੁਲ ਚਲਾ ਰੱਖੇ ਨੇ ਜੇ ਆਪਾਂ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਪਿਆਰ ਨਾਲ ਇਹਨਾਂ ਦੇਖਭਾਲ ਕਰਾਂਗੇ ਵਧੀਆ ਢੰਗ ਨਾਲ ਸਾਰਾ ਕੁਝ ਦਿੰਦੀਆਂ ਨੇ ਵੀਰੇ ਨਾ ਨਾ ਦਿੰਦੀਆਂ ਨੇ ਜਦੋਂ ਆਪਾਂ ਬੰਨ ਕੇ ਦੇਖਣੇ ਨਹੀਂ ਦੁਬਾਰਾ ਫਿਰ ਕੀ ਦੇਣਗੀਆਂ ਹਨਾ ਇਹਨਾਂ ਨੂੰ ਟਾਈਮ ਦੇਣਾ ਪੈਂਦਾ ਵੀਰੇ ਹਾਂ ਇਹਨਾਂ ਨੂੰ ਟਾਈਮ ਦੇਣਾ ਪਊਗਾ ਪ੍ਰੋਫੈਸ਼ਨਲ ਬਣਾਉਣਾ ਪਊਗਾ ਕਿੱਦਾਂ ਇਹ ਤਾਂ ਤੁਸੀਂ ਅੱਗੇ ਵਧੋਗੇ ਇਸੇ ਤਰ੍ਹਾਂ ਆਪਾਂ ਆਪਣੇ ਚੈਨਲ ਤੇ ਹੋਰ ਵੀ ਸੱਜਣਾ ਦੀਆਂ ਵੀਡੀਓ ਕਰਦੇ ਰਹਾਂਗੇ ਜਿਹੜੇ ਇਹ ਕਾਰੋਬਾਰ ਨੂੰ ਲੈ ਕੇ ਅੱਜ ਕੱਲ ਤਰੱਕੀਆਂ ਦੇ ਨੇ ਤੇ ਕੰਮ ਉਹਨਾਂ ਦਾ ਵਧੀਆ ਚੱਲਦਾ ਲੈ ਗੁਰਮਨ ਬਾਈ ਤੇਰਾ ਨੰਬਰ ਜ਼ਰੂਰ ਬੋਲ ਨੰਬਰ ਮੇਰਾ ਵੀਰੇ 88476301 ਜੀ ਦੁਬਾਰਾ ਫਿਰ ਬੋਲ ਦੇ 88476301 ਹਾਂ ਇਹ ਬਾਈ ਦਾ ਨੰਬਰ ਦੂਜਾ ਵੀ ਬੋਲ ਦੇ ਬਾਈ 98723-13-225 ਜੀ ਹਾਂ ਇਹ ਬਾਈ ਦੇ ਨੰਬਰ ਨੇ ਇਹ ਨੰਬਰਾਂ ਨੂੰ ਤੁਸੀਂ ਗੁਰਮਨ ਨਾਲ ਵਾਰਤਾਲਾਪ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਥੈਂਕ ਯੂ ਵੀਰੇ